ਤਾਂ ਇੰਨੇ ਕਨਾਲ ਹੈ, ਇੰਨੇ ਸਾਡੀ ਜ਼ਮੀਨ। ਵੀਰੋ ਜਦੋਂ ਕਾਗਜ਼ ਭਰਦੇ ਨੇ ਸਾਰਾ ਕੁਝ ਦੱਸਣਾ ਪੈਂਦਾ, ਕਿੰਨੇ ਘਰ ਵਾਲੀ ਕੋਲ ਗਹਿਣੇ ਨੇ, ਕਿੰਨੇ ਕਾਰਾਂ ਨੇ, ਕਾਰਾਂ ਦੀ ਕੀਮਤ ਕਿੰਨੀ ਹੈ। ਮੈਂ 14 ਚ ਜਿੰਨੇ ਭਰੀ ਸੀ ਪ੍ਰੋਪਰਟੀ, ਐਫੀਡੈਵਿਟ ਦੇਣਾ ਪੈਂਦਾ, ਗਲਤ ਨਹੀਂ ਦੱਸ ਸਕਦੇ, ਤੁਹਾਨੂੰ ਸਜ਼ਾ ਹੋ ਸਕਦੀ ਹੈ। ਵੀਰੋ ਮੈਂ 14 ਚ ਜਿੰਨੀਆਂ ਦੱਸੀਆਂ ਸੀ 70% ਉਹਤੋਂ ਮੇਰਾ ਪ੍ਰੋਪਰਟੀ ਜਿਹੜੀ ਹੈ ਜਾਇਦਾਦ ਘੱਟ ਗਈ। ਮੈਂ ਨਹੀਂ, ਮੈਨੂੰ ਕੋਈ ਦੁੱਖ ਨਹੀਂ, ਘੱਟ ਗਈ। ਮੈਂ ਲਿਖੇ ਲਾ ਤਾ ਲੋਕਾਂ ਦੇ ਨਾਂ, ਲਾ ਕਰੀਅਰ, ਮੇਰੇ ਕੋਲ ਪ੍ਰੋਪਰਟੀ ਆ ਜਿਹੜੀ ਤੁਹਾਡੇ ਦਿਲਾਂ 'ਚ ਮੇਰੀ ਜਗ੍ਹਾ ਮਿਲੀ ਹੈ। ਬੋਈ ਇਹ ਪ੍ਰੋਪਰਟੀ ਦੀ ਕੋਈ ਕੀਮਤ ਹੀ ਹੈ ਨਹੀਂ, ਠੀਕ ਹੈ। ਮੈਨੂੰ ਇਸ ਗੱਲ ਦਾ ਦੁੱਖ ਨਹੀਂ। ਕੇਵਲ ਢਿੱਲੋਂ ਨੇ ਅੱਜ ਆਇਆ ਹੋਊਗਾ ਤੁਹਾਡੇ ਪਿੰਡ, ਮੇਰੇ ਬਾਰੇ ਬੋਲੇ ਹੁਣ, ਬਹੁਤ ਪਿਆਰ ਲੈਤਾ ਹੋਣਾ ਮੈਨੂੰ। ਬਸ ਬਸ ਦੇਖੋ, ਉਹਨੇ ਆਪਦੀ ਪ੍ਰੋਪਰਟੀ ਦੱਸੀ ਸੀ 2017 ਜਦੋਂ ਲੜਿਆ ਸੀ ਬਰਨਾਲੇ ਤੋਂ, ਆਪਣੇ ਮੁੰਡੇ ਤੋਂ ਹੀ ਹਾਰਿਆ ਹੋਇਆ ਉਹ। ਉਦੋਂ ਦੱਸੀ ਸੀ 99 ਕਰੋੜ, 1.90 ਕਰੋੜ, ਹਾਰ ਗਿਆ। ਹੁਣ 19 ਚ ਦੱਸੀ ਹੈ 163 ਕਰੋੜ। ਵੀਰੋ ਮੇਰੀ ਜਿੱਤ ਕੇ ਵੀ ਘਟੀ ਜਾਂਦੀ ਹੈ, ਹਾਰ ਕੇ ਵੀ ਵਧੀ ਜਾਂਦੀ ਹੈ। ਕਿੱਥੋਂ ਆਉਂਦਾ ਪੈਸਾ ਇਹ? ਹਰ ਸਿਮਰ ਆ ਸਾਡੀਆਂ ਮਾਵਾਂ, ਭੈਣਾਂ, ਭਰਜਾਈਆਂ, ਚਾਚੀਆਂ, ਤਾਈਆਂ। ਵੀਰੋ ਇਹ ਇਹਨਾਂ ਦੇ ਕੰਨ ਤੇ ਨੱਕ ਸੁੰਨੇ ਪਏ ਨੇ, ਅੱਧਾ ਤੋਲੇ ਸਿਉਣੇ ਦਾ ਕੋਈ ਕੋਕਾ ਬਾਲੀਆਂ ਨਹੀਂ ਬਣਾ ਸਕਦੀਆਂ। ਮਹਿੰਗਾਈ ਹੈ, ਗਰੀਬੀ ਹੈ, ਸ਼ੌਂਕ ਪੂਰੇ ਨਹੀਂ ਹੋਣ ਦਿੰਦੀ। ਬਾਦਲਾਂ ਦੀ ਨੂੰਹ ਨੇ ਕਾਗਜ਼ ਭਰੇ ਨੇ, ਕੱਲਾ ਸਿਉਣਾ, ਬਾਕੀ ਹੋਟਲ ਜ਼ਮੀਨਾਂ ਦਾ ਵੱਟ ਗੱਲ ਹੈ। ਕੱਲਾ ਸਿਉਣਾ ਕਿੰਨਾ ਦੱਸਿਆ ਪਤਾ? 23.5 ਕਿਲੋ, ਤੋਲੇ ਨਹੀਂ, ਕਿਲੋ। ਆਪਣੇ ਗਰੀਬ ਦੇ ਘਰੇ ਇੰਨੇ ਦਾਣੇ ਨਹੀਂ ਹੈਗੇ ਜਿੰਨਾ ਇਹਨਾਂ ਨੇ ਸਿਉਣਾ ਰੱਖਿਆ। ਕਿੱਥੋਂ ਆਇਆ ਸਿਉਣਾ ਉਹ ਸਿਉਣਾ ਕਿੱਥੋਂ ਆਇਆ? ਆਪਣੇ ਹੀ ਆ ਉਹ, ਆਪਣੇ ਜਵਾਕਾਂ ਦੇ ਹਿੱਸੇ ਦੀ ਪੜ੍ਹਾਈ ਖਾਂਦੇ ਨੇ ਤਾਂ ਸਿਉਣਾ ਬਣਦਾ ਹੈ, ਆਪਣੇ ਬਜ਼ੁਰਗਾਂ ਦੇ ਇਲਾਜ ਦੇ ਹਿੱਸੇ ਦੀ ਦਵਾਈ ਖਾਂਦੇ ਨੇ ਤਾਂ ਸਿਉਣਾ ਬਣਦਾ ਹੈ। ਵੀਰੋ ਨਕਲੀ ਸਪਰੇਆਂ ਦੀਆਂ ਕੰਪਨੀਆਂ ਨਾਲ ਸਮਝੌਤੇ ਕਰਕੇ ਆਪਣੀਆਂ ਫਸਲਾਂ ਖਾਂਦੇ ਨੇ ਫਿਰ ਸਿਉਣਾ ਬਣਦਾ ਹੈ। ਚਿੱਟੇ ਦੇ ਵਪਾਰੀਆਂ ਨਾਲ ਹਿੱਸਾ ਪਾ ਕੇ ਨੌਜਵਾਨਾਂ ਨੂੰ ਚਿੱਟੇ ਤੇ ਲਾ ਕੇ ਆਪਣੀਆਂ ਨਸਲਾਂ ਖਾਂਦੇ ਨੇ ਫਿਰ ਸਿਉਣਾ ਬਣਦਾ। ਕਿਉਂ ਪਾਈਏ ਵੋਟਾਂ ਬਈ? ਅਸੀਂ ਠੇਕਾ ਲਿਆ ਸੀ ਇਹਨਾਂ ਨੂੰ ਵੋਟਾਂ ਪਾਉਣ ਦਾ। ਆਹ ਗੱਲਾਂ ਕਰਨ ਆਇਆ ਤੁਸੀਂ? ਆਹ ਮੁੰਡੇ ਸਾਡੇ ਵਿਹਲੇ ਫਿਰਦੇ ਆ, ਫਿਰ ਉੱਤੋਂ ਬਦਨਾਮੀਆਂ ਨੇ ਧਿਆਨ ਵਿਗੜੀ ਹੋਈ ਮਟੀਰ ਹੈ, ਹੁੱਲੜਬਾਜ ਨੇ ਆਏ ਨੇ ਯਾਰ। ਵਿਹਲੇ ਮਨ ਨੇ ਭਟਕ ਜਾਂਦੇ ਨੇ, ਕਰਨ ਕੀ ਉਹ? ਕੰਮ ਦੇ ਦਿਓ ਇਹਨਾਂ ਨੂੰ, ਕੋਈ ਸ਼ਿਕਾਇਤ ਨਹੀਂ ਆਉਣੀ। ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਹੋਵੇ, ਚਿੱਟਾ ਵੀ ਖਾਂਦਾ ਹੋਵੇ? ਨਹੀਂ ਹੋ ਸਕਦਾ, ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜੀ। ਉਹਦਾ ਹੱਥ ਨਹੀਂ ਹੁੰਦਾ ਇਹੋ ਜਿਹੇ ਵੇਲੇ, ਘਰੋਂ ਥੱਕਿਆ ਹੋਇਆ ਜਵਾਕਾਂ ਨਾਲ ਖੇਡ ਕੇ ਰੋਟੀ ਖਾ ਕੇ ਨਾ ਕੇ ਸੌਂ ਜਾਂਦਾ ਉਹ, ਤਾਂ ਕੱਲ ਨੂੰ ਫੇਰ ਜਾ। ਆਹ ਫਰਕ ਹੈ, ਬਰਬਾਦ ਕਰਕੇ ਰੱਖਤਾ ਪੰਜਾਬ ਇਹਨਾਂ ਨੇ। ਉਹ 150-150 ਮਣ ਦਾਣੇ ਪੈਦਾ ਕਰਦੀ ਹੈ ਧਰਤੀ, 90 ਮਣ ਜੀਰੀ, 60 ਮਣ ਕਣਕ ਇੱਕ ਸਾਲ 'ਚ। ਦੁਨੀਆ ਦੀ ਕੋਈ ਵੀ ਧਰਤੀ ਇੰਨੇ ਦਾਣੇ ਪੈਦਾ ਨਹੀਂ ਕਰਦੀ ਵੀਰੋ, ਮੈਂ ਪੂਰੀ ਦੁਨੀਆ ਦੇ ਕਈ ਚੱਕਰ ਲਾ ਤੇ। ਮੈਂ ਫਿਰ ਵੀ ਭੁੱਖੇ ਮਰੀ ਜਾਂਦੇ ਯਾਰ, ਫਿਰ ਵੀ ਫਾਹੇ ਲਈ ਜਾਂਦੇ ਯਾਰ, ਲੀਡਰਾਂ ਕਰਕੇ ਜਿਹੜੇ ਮੂਹਰੇ ਲਾ ਲਏ। ਆਪਾਂ ਤਾਂ ਉਹਨਾਂ ਦੇ ਹੱਕ 'ਚ ਵੋਟਾਂ ਪਾ ਦੀਆਂ, ਉਹਨਾਂ ਨੇ ਆਪਣੇ ਹੱਕ 'ਚ ਕਦੇ ਨਹੀਂ ਵੋਟ ਪਾਈ। ਆਹ ਕਰਕੇ ਤੁਹਾਨੂੰ ਤੁਸੀਂ ਮੇਰੀ ਡਿਊਟੀ ਲਾਈ 2014 'ਚ ਵੀ ਜਾ ਕੇ ਭਾਈ ਉੱਥੇ ਕੰਮ ਕਰ। ਤੁਹਾਨੂੰ ਇੱਕ ਗੱਲ ਦਾ ਨਜ਼ਾਰਾ ਤਾਂ ਆਉਂਦਾ ਹੋਣਾ ਜਦੋਂ ਤੁਹਾਡੇ ਪੁੱਤ ਪੋਤੇ ਭਤੀਜੇ ਪੁੱਤ ਤੁਹਾਨੂੰ ਵੀਡੀਓ ਦਿਖਾਉਂਦੇ ਹੋਣੇ। ਇੱਕ ਗੱਲ ਦਾ ਨਜ਼ਾਰਾ ਤਾਂ ਆਉਂਦਾ ਹੋਣਾ ਵੋਟ ਪਾਉਣ ਦਾ ਜੋ ਵੀਡੀਓ ਦੇਖਦੇ ਹੋਵੋਗੇ ਪਾਰਲੀਮੈਂਟ ਵਾਲੀ, ਵੀ ਆਪਣੇ ਵਾਲਾ ਪੇਚਾ ਤਾਂ ਹੀ ਬੈਠਾ ਹੋਵੇ ਕਿਸੇ ਗੱਲ ਤੇ, ਦੇਖਦੇ ਹੋਵੋਗੇ ਨਾ। ਪਰਮਾਤਮਾ ਕਿਸੇ ਬੰਦੇ ਤੋਂ ਕੋਈ ਖਾਸ ਕੰਮ ਕਰਾਉਂਦਾ ਹੁੰਦਾ ਹੈ, ਫਿਰ ਉਹ ਬੰਦਾ ਜਿਹੜਾ ਉਹ ਖਾਸ ਕੰਮ ਕਰਨ ਤੋਂ ਬਾਅਦ ਉਹਦੀ ਜ਼ਿੰਦਗੀ ਨੂੰ ਇੰਨਾ ਸਕੂਨ ਮਿਲਦਾ ਵੀ ਪ੍ਰਧਾਨਗੀਆਂ, ਪੈਸਾ ਜੀ, ਉਹ ਸਭ ਥੱਲੇ ਰਹਿ ਜਾਂਦੀਆਂ ਨੇ, ਉਹ ਬੰਦੇ ਦਾ ਜ਼ਿੰਦਗੀ ਨਾਲ ਕੋਈ ਸ਼ਿਕਵਾ ਨਹੀਂ ਰਹਿੰਦਾ। ਮੈਂ ਉਹਨਾਂ ਕਿਸਮਤ ਵਾਲਿਆਂ 'ਚ ਆ ਗਿਆ, ਮੈਥੋਂ ਪਰਮਾਤਮਾ ਨੇ ਕਿਹੋ ਜਿਹਾ ਕੰਮ ਕਰਾ ਲਿਆ ਮੇਰੇ ਹਿੱਸੇ ਲਾ ਕੇ, ਮੈਨੂੰ ਹਿੰਮਤ ਦੇ ਕੇ ਕਿ ਹੁਣ ਮੈਨੂੰ ਇਹ ਹੈ ਕੱਲ੍ਹ ਨੂੰ ਚੱਕਦਾ ਰੱਬ ਅੱਜ ਚੱਕ ਲਏ, ਸ਼ਿਕਵੇ ਮਿੱਟ ਗਏ ਜ਼ਿੰਦਗੀ ਨਾਲੋਂ, ਰਹਿੰਦੀ ਦੁਨੀਆ ਤੱਕ
ਮੇਰਾ ਨਾਮ ਵੀ ਜਾਇਆ ਕਰੋ। ਵੀਰੋ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ, ਬਰਸੀ ਹੁੰਦੀ, ਆਪਾਂ ਜਾ ਕੇ ਆਉਂਦੇ ਹਾਂ ਉੱਥੇ ਫਤਿਹਗੜ੍ਹ ਸਾਹਿਬ, ਜਾਂ ਇੱਥੇ ਲੰਗਰ ਲਾਉਂਦੇ ਹੋਵੋਗੇ ਤੁਸੀਂ ਵੀਰੋ। ਕਦੇ ਵੀ ਪਾਰਲੀਮੈਂਟ ਦੇ ਵਿੱਚ ਸ਼ਰਧਾਂਜਲੀ ਨਹੀਂ ਦਿੱਤੀ ਗਈ ਸੀ। ਮੈਂ 26 ਤਰੀਕ ਨੂੰ ਲੜਿਆ ਮੈਡਮ ਨਾਲ, ਮੈਂ ਕਿਹਾ ਕੱਲ੍ਹ ਨੂੰ ਸ਼ਰਧਾਂਜਲੀ ਦੇਣੀ ਪਊ, ਨਹੀਂ ਮੈਂ ਤਾਂ ਇੱਥੇ ਧਰਨਾ ਲਾਊਂਗਾ। ਉਹਨਾਂ ਨੇ ਕਿੱਡੀ ਵੱਡੀ ਲਸਾਨੀ ਕੁਰਬਾਨੀ ਹੈ, ਉਹ ਮੈਨੂੰ ਕਹਿੰਦੀ ਆਂਧਰਾ ਪ੍ਰਦੇਸ਼ ਵਾਲਿਆਂ ਨੂੰ ਮਨਾ ਲਾ, ਉਹ ਰੌਲਾ ਪਾਉਂਦੇ ਨੇ। ਮੈਂ ਕਿਹਾ ਉਹਨਾਂ ਨੂੰ ਮੈਂ ਮਨਾ ਲਊਂਗਾ, ਉਹਨਾਂ ਨੂੰ ਮੈਂ ਮਨਾ ਲਿਆ ਵੀਰੋ। ਉਹ ਕਹਿੰਦੇ ਠੀਕ ਹੈ ਕੋਈ ਨਹੀਂ, ਅਸੀਂ ਖੜ ਜਾਂਗੇ 2-3 ਮਿੰਟ, ਅਸੀਂ ਰੌਲਾ ਨਹੀਂ ਪਾਉਂਦੇ। ਫਿਰ ਮੈਂ ਲਿਖ ਕੇ ਦਿੱਤਾ ਮੈਡਮ ਨੂੰ, ਹਾਂ ਬੋਲ ਦਿਓ। ਮੇਰੀ ਜ਼ਿੰਦਗੀ ਨੂੰ ਬਹੁਤ ਸਕੂਨ ਮਿਲਿਆ ਜਦੋਂ 27 ਦਸੰਬਰ ਨੂੰ ਪਹਿਲੀ ਵਾਰ ਸੰਸਦ ਦੀ ਹਿਸਟਰੀ ਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਤੋਂ ਵੀ ਇੱਕ ਵੱਡੀ ਗੱਲ ਇਹ ਹੈ ਕਿ ਉਹ ਹੁਣ ਰਿਕਾਰਡ ਤੇ ਚਲੀ ਗਈ, ਇਹ ਮੈਂ ਪਤਾ ਕਰ ਲਿਆ ਸੀਗਾ। ਰਿਕਾਰਡ ਤੇ ਚਲੀ, ਇੱਕ ਮਿੰਟ ਭਾਈ ਜੀ, ਮੈਨੂੰ ਬੋਲ ਲੈਣ ਦੇ ਬਾਈ, ਬੋਲ ਲੈਣ ਦੇ ਯਾਰ। ਉਹ ਰਿਕਾਰਡ ਤੇ ਚਲੀ ਗਈ, ਰਿਕਾਰਡ ਤੇ ਜਾਣ ਦਾ ਮਤਲਬ ਹੈ ਹੁਣ ਰਹਿੰਦੀ ਦੁਨੀਆ ਤੱਕ ਹਰੇਕ 27 ਦਸੰਬਰ ਨੂੰ। ਅੱਜ ਤੋਂ 200 ਸਾਲ ਬਾਅਦ ਵੀ 27 ਦਸੰਬਰ ਆਊ, ਪਰ ਆਪਾਂ ਨਹੀਂ ਹੋਣਾ, ਪਾਰਲੀਮੈਂਟ ਸ਼ੁਰੂ ਹੋਊ, ਸਭ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣੀ ਹੀ ਪਿਆ ਕਰੂਗੀ। ਅੱਜ ਤੋਂ 200 ਸਾਲ ਬਾਅਦ ਅਖਬਾਰ ਛਪਣਗੇ, ਉਹਦੇ 'ਚ ਨਾਮ ਆਇਆ ਕਰੂ ਕਿ ਇਹ ਸ਼ਰਧਾਂਜਲੀ ਭਗਵੰਤ ਮਾਨ ਨੇ 2014 ਤੋਂ 2019 ਦੇ ਆਪਦੇ ਸ਼ੁਰੂ ਕਰਵਾਈ ਸੀ। ਫਿਰ ਮੈਨੂੰ ਜ਼ਿੰਦਗੀ ਨਾਲ ਕੀ ਚੁਕਵਾਰਾ ਕਰਿਆ, ਅਸੀਂ ਭਗਤ ਸਿੰਘ ਨੂੰ 23 ਮਾਰਚ 2018 ਨੂੰ ਰਾਜਗੁਰੂ ਸਿੱਧੇ ਹੋਰਾਂ ਨੂੰ ਅਸੀਂ ਕਰਾਈਏ। ਵੀਰੋ ਤੁਹਾਡੇ ਵਰਗਾ ਆਪਾਂ ਨਾਲ ਸਾਂਝੀ ਹੈ, ਪੱਤਣ ਸਾਂਝੀ ਹੈ ਆਪਣੀ। ਕਦੇ ਮੈਂ ਇੱਥੋਂ ਦੀ ਕਦੇ ਤੁਹਾਨੂੰ ਲਾਲ ਬੱਤੀ ਵਾਲੀ ਗੱਡੀ 'ਚ ਕੋਈ ਰੋਹ ਮਾਰ ਕੇ ਲੰਘਿਆ ਹੋਵਾਂ, ਮੈਂ ਹੱਥਾਂ ਲਾ ਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਲੰਘਦਾ, ਮੈਂ ਕਦੇ ਕੋਈ ਮੇਰੇ ਗੰਨ ਮੈਂ ਇਹਨਾਂ ਨੇ ਧੱਕਾ ਮਾਰਿਆ ਹੋਵੇ ਤੁਹਾਨੂੰ। ਹਾਂ ਇੱਥੇ ਤੁਹਾਡੇ ਪਿੰਡ ਵਾਲੇ ਵੀ ਹੈਗੇ ਨੇ, ਉਹ ਨਹੀਂ ਰਿਪਿਊਟਰ ਬਣ ਕੇ ਆਏ ਤੁਰਦੇ ਨੇ, ਹਜੇ ਚੁਣੇ ਹੈ ਨਹੀਂ ਕੁਛ। ਵੀਰੋ ਹੰਕਾਰ ਨਹੀਂ ਕਰਨਾ ਚਾਹੀਦਾ ਬੰਦੇ, ਹੰਕਾਰ ਦਾ ਤੇ ਖੁਦਾ ਦਾ ਵੈਰ ਹੁੰਦਾ। ਮੋਦੀ ਦੀ ਤੋਰ 'ਚ ਹੰਕਾਰ ਹੈ, ਤੁਸੀਂ ਮੋਦੀ ਤੁਰਦਾ ਦੇਖਿਓ ਕਦੇ, ਅਸੀਂ ਤਾਂ ਨੇੜੋ ਦੇਖਦੇ ਰਹਿੰਦੇ ਹਾਂ। ਮੈਂ ਕਿਹਾ ਕਬੱਡੀ ਪਾਉਣ ਆਉਂਦੇ ਆ, ਇੱਥੋਂ ਬਹੁਤ ਚੱਲਦਾ ਹੈ। ਮੈਨੂੰ ਤਾਂ ਇੱਕ ਦਿਨ ਪਾਣੀ ਲੱਗਣਾ ਵੀ, ਮੈਂ ਕਹਿੰਦਾ ਬਸ ਕਰ ਓਏ ਪਾਣੀ ਪੀ ਲਾ ਓਏ, ਮੈਂ ਕਹਿੰਦਾ ਨਾ 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 6 ਦਿਨ ਦੱਸ ਕਦੋਂ ਹੋਣਗੇ ਸਾਡੇ, ਮੈਂ ਕਿਹਾ ਜੇ ਸਾਡੇ ਨਹੀਂ ਆਉਂਦੇ ਰਹਿਣ ਤੇਰੇ ਵੀ ਨਹੀਂ ਦਿੰਦਾ ਮਿੱਤਰਾ। ਤਾਂ ਵੀਰੋ ਆਪ ਦੇ ਫਰਕ ਨੇ, ਤਾਂ ਫਿਰ ਅਮਨ ਅਰੋੜਾ ਇੱਥੇ ਤੁਸੀਂ ਆਪਣਾ ਸਿਪਾਹੀ ਲਾਇਆ ਵਿਧਾਨ ਸਭਾ 'ਚ, ਮੈਨੂੰ ਲਾਇਆ ਸਿਪਾਹੀ ਲੋਕ ਸਭਾ 'ਚ। ਸਭ ਤੋਂ ਵੱਧ ਸਵਾਲ ਪੁੱਛਣ ਵਾਲੇ MLA 117 ਚੋਂ ਜਿਹੜੇ ਪੰਜਾਬ ਦੇ ਨੇ, ਜੇ ਟੌਪ 3 ਦੀ ਲਿਸਟ ਬਣਾਉਣੀ ਹੋਵੇ ਤੁਹਾਡਾ ਅਮਨ ਅਰੋੜਾ ਉਹਨਾਂ ਦੇ ਵਿੱਚ ਉਹਦਾ ਨਾਮ ਆਉਂਦਾ। ਇਹਨਾਂ ਦੇ ਪਿਤਾ ਜੀ ਸਵਰਗੀ ਬਾਬੂ ਭਗਵਾਨ ਦਾਸ ਅਰੋੜਾ ਜੀ ਤੋਂ ਇਹਨਾਂ ਨੇ ਕੰਮ ਸਿੱਖਿਆ ਹੋਇਆ, ਕੰਮ ਉਹਨਾਂ ਦਾ ਵੀ ਇਮਾਨਦਾਰੀ ਦਾ ਸੀ। ਅੱਜ ਵੀ ਸਹੁੰ ਨਹੀਂ ਖਾਂਦਾ ਉਹਨਾਂ ਦੀ, ਕੋਈ ਸਕੂਟਰ ਤੇ ਬਹਿ ਕੇ ਵਗ ਜਾਂਦੇ ਸੀਗੇ। ਉਹਨਾਂ ਨੇ ਆਹ ਜਿਹੜੀਆਂ ਸ਼ੇਰੋਂ ਨੂੰ ਮਨ ਟਾਉਣ ਨੂੰ ਜਿਹੜੇ ਪਹੇ ਪਹੇ ਸੀ ਸਾਰੇ ਸੜਕਾਂ ਬਣਾ ਦਿਆ ਉਹਨਾਂ ਨੇ। ਇਹ ਉਸੇ ਦੀਵੇ ਦੀ ਜੋਤ ਹੈ, ਇਮਾਨਦਾਰੀ ਦੇ ਦੀਵੇ ਦੀ ਜੋਤ ਰੋੜ ਅਮਨ ਅਰੋੜਾ। ਰੋਜ਼ ਇਹ ਵੀ ਕੋਈ ਨਾ ਕੋਈ ਪੰਗਾ ਪਾਈ ਬੈਠਾ ਹੁੰਦਾ, ਆਹ ਲਓ ਜੀ ਅਮਨ ਅਰੋੜਾ ਨੇ ਜਾਏ ਕਹਿਤਾ, ਆਹ ਲਓ ਜੀ ਅੱਜ ਅਮਨ ਅਰੋੜੇ ਨੇ ਇਹਨੂੰ ਚਿੱਠੀ ਜਾਰੀ ਕਰਤੀ, ਆਹ ਕੰਮ ਹੁੰਦੇ ਨੇ ਵੀਰੋ। ਹਾਂਜੀ 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 ਹਾਂ। ਸੋ ਵੀਰੋ ਚੰਗੇ ਬੰਦੇ ਵਿਧਾਨ ਸਭਾ ਤੇ ਲੋਕ ਸਭਾ ਚ ਭੇਜੋ, ਟੀਮ ਚੰਗੀ ਹੋਵੇ, ਕੱਲਾ ਵਿਰਾਟ ਕੋਹਲੀ ਨਹੀਂ ਜਿਤਾ ਸਕਦਾ ਬਾਈ, ਨਾਲ ਫਿਰ ਅਮਨ ਅਰੋੜੇ ਵਰਗੇ ਸ਼ਿਖਰ ਧਵਨ ਹੋਰੀ ਵੀ ਚਾਹੀਦੇ ਨੇ, ਹੈਂ ਨਾਲ ਜਸਪ੍ਰੀਤ ਬੁਮਰੇ ਹੋਰੀ ਵੀ ਚਾਹੀਦੇ ਨੇ, ਫੀਲਡਿੰਗ ਕਰਨ ਵਾਸਤੇ ਵੀ ਬੰਦੇ ਚਾਹੀਦੇ ਨੇ। ਸੋ ਵੀਰੋ ਅਸੀਂ ਤਾਂ ਦੋਨੇ ਭਰਾ ਲੱਗੇ ਹੋਏ ਹਾਂ, ਇੱਕ ਦੂਜੇ ਨਾਲ ਸਲਾਹ ਕਰਕੇ ਮੁਕਾਬਲਾ ਕਰ ਦਿਆਂਗੇ, ਦੇਖਾਂਗੇ ਤੂੰ ਵੱਧ ਬੋਲੇਗਾ ਜਾਂ ਮੈਂ ਵੱਧ ਬੋਲੂੰਗਾ ਪਾਰਲੀਮੈਂਟ 'ਚ। ਇਹ ਕਹਿੰਦਾ ਯਾਰ ਮੈਂ ਵੱਧ ਤਾਂ ਬੋਲੂ, ਮੇਰਾ ਤਾਂ ਮਹੀਨਾ ਚੱਲਦੀ ਹੈ, ਸਾਡਾ ਤਾਂ 2 ਦਿਨਾਂ ਬਾਅਦ ਕਹਿੰਦੇ ਨੇ ਚਲੋ ਚੱਲੀਏ ਬਸ। ਵੀਰੋ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਹੈ, ਰੱਬ ਇਹਨਾਂ ਨੂੰ ਸਜ਼ਾ ਦੇਊਗਾ, ਰੱਬ ਗੁਰੂ ਹੀ ਸਜ਼ਾ ਦੇਊਗਾ, ਕਿਉਂਕਿ ਸਾਡਾ ਗੁਰੂ ਇਹ ਸਾਡੀ ਰੱਖਿਆ ਕਰਦਾ।
ਨਹੀਂ ਜਾਂਦਾ, ਨਹੀਂ ਜਾਂਦਾ। ਅੱਜ ਸਜ਼ਾ ਹੀ ਹੈ। 10 ਟਿਕਟਾਂ ਨਹੀਂ ਵੰਡੀਆਂ ਗਈਆਂ, 10 ਟਿਕਟਾਂ ਸੁਖਬੀਰ ਬਾਦਲ ਤੋਂ ਬੰਦੇ ਨਹੀਂ ਲੱਭੇ। 2 ਮਹੀਨਿਆਂ ਤੋਂ ਸੁਖਬੀਰ ਬਾਦਲ ਆਪਦੀ ਗੱਡੀ 'ਚ 10 ਟਿਕਟਾਂ ਰੱਖ ਕੇ ਪੰਜਾਬ ਦੀਆਂ ਸੜਕਾਂ 'ਤੇ ਫਿਰਦਾ, ਸਬਜ਼ੀਆਂ ਨੇ ਵਾਂਗੂ ਹੋਕਾ ਦੇਈ ਜਾਂਦਾ। ਕੋਈ ਅਕਾਲੀ ਦਲ ਦੀ ਟਿਕਟ ਲੈ ਲਓ, ਜਥੇਦਾਰ ਜਥੇਦਾਰ ਉਹਦੀ ਗੱਡੀ ਦੇਖ ਕੇ ਕੁੰਡਾ ਬੰਦ ਕਰ ਲੈਂਦੇ ਨੇ ਕਿ ਤਾਂ ਮੇਰਾ ਸੱਟ ਜਾ ਰਹੇ। ਇੱਕ ਜਥੇਦਾਰ ਤਾਂ ਮੈਨੂੰ ਫੋਨ ਆਇਆ, ਕਹਿੰਦਾ ਮੈਂ ਤੇਰਾ ਭਾਸ਼ਣ ਸੁਣਿਆ ਸੀ, ਮੇਰਾ ਵੀ 9 ਚੱਲਦਾ ਸੀ, ਕਹਿੰਦਾ ਟਿਕਟ 'ਚ, ਕਹਿੰਦਾ ਮੈਂ ਗੇਟ ਬੰਦ ਕਰਕੇ ਦੇਖਿਆ ਥੱਲੇ ਪੇਜ ਸੀ, ਕਹਿੰਦਾ ਮੈਂ ਥੱਲੇ ਵੀ ਕੱਪੜਾ ਫਸਾ ਦਿੱਤਾ, ਥੱਲੋਂ ਵੀ ਨਾ ਚੜ੍ਹ ਜੇ। ਆਹ ਫਰਕ ਹੈ ਵੀਰੋ, ਇਹ ਸਜ਼ਾ ਹੀ ਹੈ। ਢੀਂਡ ਸਿੰਘ ਘਰ ਤਾਂ ਅਖਬਾਰ ਵਾਂਗੂ ਸੁੱਟ ਕੇ ਕਹਿੰਦੇ, ਕਹਿੰਦੇ ਲੜ ਲੈ ਯਾਰ। ਉਹ ਬੰਦੇ ਢੀਂਡ ਸਿੰਘ ਕਹਿੰਦੇ ਨਾ ਲੜੋ ਪਰਮਿੰਦਰ, ਮੈਨੂੰ ਪਤਾ ਐਤਕੀ ਬੱਦਲ ਬਾਈ ਖਰਾਬ ਆ, ਗੜੇ ਪੈਣਗੇ ਉਹ ਆਪਣੇ। ਵੀਰੋ ਏਕਾ ਰੱਖਿਓ, ਬਸ ਏਕਾ ਰੱਖਿਓ। ਆਪਣਾ ਤਾਂ ਚੋਣ ਨਿਸ਼ਾਨ ਵੀ ਬਾਹਲਾ ਵਧੀਆ ਹੈ, ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਹੈ, ਮਾਵਾਂ ਭੈਣਾਂ ਦਾ ਦੱਸਣ ਦੀ ਜਮਾਂ ਹੀ ਲੋੜ ਨਹੀਂ। ਇਹ ਫੜਕੇ ਤੜਕੇ ਹਨੇਰੇ 'ਚ ਵੀ ਬਾਲ ਲੈਂਦੀਆਂ ਨੇ, 5 ਵਜੇ ਦੀ ਕਿੱਥੇ ਜੇ ਪਿਆ। ਤੁਸੀਂ ਬਾਲੇ ਖੁਸ਼ ਨਾ ਹੋ, ਜੇ ਲੋੜ ਪੈ ਜੇ ਇਹੋ ਜਿਹੇ ਵੇਲੇ ਵੀ ਬਾਲ ਲੈਂਦੀਆਂ ਨੇ ਵੀ ਕਿੱਥੇ ਜੇ ਪਿਆ। ਫਰਕ ਇੰਨਾ ਕਹਿ, ਸਵੇਰੇ ਇੱਧਰਲੇ ਪਾਸਿਓਂ ਫੜ ਕੇ ਝਾੜੂ ਸਫਾਈ ਕਰਦਾ ਘਰ ਦੀ, ਤੇ ਆਥਣੇ ਉੱਧਰਲੇ ਪਾਸਿਓਂ ਫੜ ਕੇ ਸਫਾਈ ਕਰਦਾ ਘਰ ਵਾਲੇ ਦੀ, ਕਰਦਾ ਸਫਾਈ ਹੋਈ ਹੈ। ਵੀਰੋ ਬਠਿੰਡਾ ਜਿੱਤ ਰਹੇ ਹਾਂ, ਹੋਰ ਖੁਸ਼ਖਬਰੀ, ਮੈਂ ਆਇਆ ਬਠਿੰਡੇ ਚੋਂ, ਇੱਕ ਵੋਟ ਨਹੀਂ ਪਾਉਣ ਦਿੰਦੇ ਸੀ ਇਹਨਾਂ ਨੂੰ। ਬਠਿੰਡਾ ਜਿੱਤ ਰਹੇ ਹਾਂ, ਸੰਗਰੂਰ ਤੋਂ ਝਾੜੂ ਫਿਰ ਰਿਹਾ ਪਹਿਲਾਂ ਨਾਲੋਂ ਵੀ ਵੱਧ ਮਾਰ ਜਾਂਦੇ। ਵੀਰੋ ਇੱਕ ਗੱਲ ਦੀ ਮੈਨੂੰ ਬੜੀ ਖੁਸ਼ੀ ਤੇ ਸਕੂਨ ਹੈ, ਮੈਂ ਇੰਜਣ ਬੰਨ ਕੇ 5 ਸਾਲ ਤੋਂ ਨਾ ਮੈਂ ਹੈਂਡਲ ਮਾਰੀ ਜਾਂਦਾ ਸੀ, ਚੱਕਰ ਤਾਂ ਮੈਂ ਪਾ ਰੱਖੇ ਸੀ, 10 ਲੋਕਾਂ ਦੇ ਹੱਥ ਸੀ, ਉਹ 10 ਨਹੀਂ ਸਿੱਟਦੇ ਸੀ, ਮੇਰਾ ਕੰਮ ਅੱਧਾ ਰਹਿ ਗਿਆ। ਅੱਜ ਅਮਨ ਤੁਹਾਨੂੰ ਲੱਗਿਆ ਹੋਣਾ ਪਤਾ, ਬਸ਼ਹਿਰਾ ਪਿੰਡ ਗਈ ਰਜਿੰਦਰ ਕੌਰ ਭੱਟ, ਇੱਕ ਮੇਰੇ ਕੋਲ ਵੀਡੀਓ ਵੀ ਆ ਗਈ, ਇੱਕ ਮੁੰਡਾ ਕਹਿੰਦਾ ਮੈਂ ਸਵਾਲ ਪੁੱਛਣਾ, ਥੱਪੜ ਮਾਰਿਆ ਯਾਰ ਉਹਦੇ ਰਜਿੰਦਰ ਕੌਰ ਭੱਟ ਨੇ। ਹਾਂ ਇਹ ਆਪਣੇ ਕਾਰਕਮਾਂ ਨਾਲ ਹੁਣ ਪੁੱਟਿਆ ਕਰਨਗੇ ਸਾਨੂੰ ਯਾਰ, ਕੇਵਲ ਦਾ ਮੁੰਡਾ ਉਭਾਰ ਤੋਂ ਸਾਹੋ ਕੇ ਉਭਾਰ, ਉਹਦੇ ਕੇਵਲ ਦੇ ਮੁੰਡੇ ਦੇ ਮਗਰ ਕਿਸਾਨਾਂ ਨੇ ਜਿਹੜਾ ਗੰਨੇ ਵਾਲਿਆਂ ਨੇ ਆਪਦਾ ਇੱਕ ਗੱਡੀ ਲੈ ਕੇ ਉਹਦੇ ਕਾਲੀ ਝੰਡੀ ਲਾ ਕੇ ਉੱਤੇ ਸਪੀਕਰ ਲਾ ਕੇ ਉਹਦੇ ਮਗਰ ਲਾ ਰੱਖੀ ਹੈ, ਜਿੱਥੇ ਜਾਂਦਾ ਐਂ ਕਰਦਾ ਇੱਧਰ ਦੀ ਹੋ ਜਾਓ, ਇੱਧਰ ਦੀ ਨਾ ਲੰਘ ਜੇ, ਗੁਰਮੇਲ ਤੂੰ ਇੱਧਰ ਖੜ, ਇੱਧਰ ਦੀ ਨਾ ਜਾ ਰਹੇ। ਇਹਨਾਂ ਦਾ ਪਿੰਡਾਂ 'ਚ ਆਉਣਾ ਬੈਨ ਹੋਊਗਾ 2-4 ਦਿਨਾਂ 'ਚ। ਜਾਂ ਤਾਂ ਲੀਡਰੋ ਸਵਾਲਾਂ ਦੇ ਜਵਾਬ ਲੈ ਕੇ ਆਓ ਲੋਕਾਂ ਦੇ, ਜਾਂ ਫਿਰ ਪਿੰਡਾਂ ਦੇ ਪ੍ਰੋਗਰਾਮ ਤੁਹਾਨੂੰ ਕੈਂਸਲ ਕਰਨੇ ਪੈਣਗੇ। ਪੰਜਾਬ ਦੇ ਲੋਕ ਜਾਗ ਪਏ ਹੁਣ, ਹਿੰਮਤ ਧਰਤੀ ਉੱਤੇ। ਵੀਰੋ ਇਹ ਗੁਰੂ ਦੀ ਬੇਅਦਬੀ ਕੀਤੀ ਹੈ ਸਿੱਧੀ ਬਾਦਲ ਕਿਆ ਨੇ, ਕੈਪਟਨ ਅਮਰਿੰਦਰ ਨੇ ਇਨਡਾਇਰੈਕਟ, ਉਹਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ 2 ਤੇ, ਉਹ ਬਾਦਲਾਂ ਨੂੰ ਬਚਾ ਰਿਹਾ ਹੈ। ਇਹਨਾਂ ਦੋਨਾਂ ਨੂੰ ਵੋਟ ਪਾਉਣ ਦਾ ਮਤਲਬ ਹੈ ਗੁਰੂ ਸਾਹਿਬ ਦੀ ਦੁਬਾਰਾ ਬੇਅਦਬੀ ਕਰਨੀ, ਕਿਉਂਕਿ ਜੇ ਬੇਅਦਬੀ ਵਾਲਿਆਂ ਦੇ ਹੱਕ 'ਚ ਭੁਗਤਦੇ ਹਾਂ, ਇਹਦਾ ਮਤਲਬ ਬੇਅਦਬੀ ਦੇ ਹੱਕ 'ਚ ਆਪਾਂ। ਮੈਂ ਤੁਹਾਨੂੰ ਇੱਥੋਂ ਤੱਕ ਕਹਿ ਦਿੰਦਾ, ਭਾਵੇਂ ਮੈਨੂੰ ਵੀ ਨਾ ਪਾਇਓ, ਪਰ ਇਹਨਾਂ ਨੂੰ ਨਾ ਪਾਇਓ ਦੋਨਾਂ ਨੂੰ ਯਾਰ, ਕੋਈ ਲੀਡਰ ਐਂ ਕਹਿਦਾ ਨਹੀਂ ਹੁੰਦਾ। ਪਰ ਇਹਨਾਂ ਨੂੰ ਵੀ ਵੋਟ ਜਾਵੇ, ਇਹਨਾਂ ਨੂੰ ਲੱਗੇ ਪਤਾ ਉਹ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਇਹਨਾਂ ਦੀ ਤੱਕੜੀ ਨੂੰ ਵੋਟਾਂ ਪਾਉਂਦੇ ਰਹੇ ਨੇ। ਬਾਬੇ ਨਾਨਕ ਦੀ ਬਾਣੀ ਰੋਲਤੀ ਯਾਰ ਗਲੀਆਂ 'ਚ, ਰੋਲਤੀ ਰੋਲਤੀ ਯਾਰ, ਜਾਂਚ ਨਹੀਂ ਹੋਣ ਦਿੰਦੇ। ਜਿਹੜਾ ਅਫਸਰ ਜਾਂਚ ਕਰਦਾ ਇਹਨਾਂ ਦੇ ਘਰ ਦੀ ਪੈਡ ਲੱਭਦਾ ਉਹਦੀ ਬਦਲੀ ਕਰਾ ਲੈਂਦੇ ਨੇ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਦੇਖਦੇ ਜਾਓ ਹੁੰਦਾ ਕੀ ਇਹਨਾਂ ਨਾਲ। ਉਹ ਗੁਰੂ ਹੈ, ਨਾ ਕਸੁੰਨ ਮਾਰਦਾ ਹੈ ਨਾ ਮੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ, ਮੱਤ ਵੱਜੀ ਹੋਈ ਆ ਹੁਣ ਇਹਨਾਂ। ਉਹ ਕੇਵਲ ਢਿੱਲੋਂ ਨੇ ਆਉਣ ਸਾਰ ਪਹਿਲੇ ਦਿਨ ਬਿਆਨ ਦਿੱਤਾ, ਕਹਿੰਦਾ ਕਾਂਗਰਸ ਨੂੰ ਵੋਟਾਂ ਪਾ ਕੇ ਵੋਟਾਂ ਦੀ ਬੇਕਾਰ ਨਾ ਕਰੋ, ਕਾਂਗਰਸ ਦਾ ਖਾਤਮਾ ਹੈ ਕਿਹਾ ਨਾ, ਚੌਂਤੀ ਲੱਗੀ ਪਈ ਹੈ। ਵੀਰੋ ਹੋਰ ਆ ਜਾ।
ਪਿੰਗ ਤੜਿੰਗ ਇੱਥੋਂ ਖੜਾ ਜਿਹੜਾ ਉਹਨੇ ਵੀ ਬਿਆਨ ਦਿੱਤਾ ਇਹਨਾਂ ਕਾਂਗਰਸ ਨੂੰ ਵੋਟਾਂ ਪਾਓ ਸ਼ਮਸ਼ਾਨ ਘਾਟ ਇੰਨੇ ਸ਼ਾਨਦਾਰ ਬਣਾ ਦਾਂਗੇ ਪੰਜਾਬ ਦੇ ਵੀ ਤੁਹਾਨੂੰ ਉਹਨਾਂ ਨੂੰ ਦੇਖ ਕੇ ਤੁਹਾਡਾ ਆਪ ਹੀ ਮਰਨ ਨੂੰ ਜੀ ਕਰਿਆ ਕਰੂ ਪਾ ਲਓ ਵੋਟਾਂ ਤਾਂ ਫੁੱਲ ਪਾਉਂਦੇ ਫਿਰਦੇ ਆਪਾਂ ਆਹੀ ਫਰਕ ਹੈ ਇਹ ਅਕਾਲੀ ਕਾਂਗਰਸੀ ਕਹਿੰਦੇ ਨੇ ਕਿ ਸਾਨੂੰ ਵੋਟਾਂ ਪਾਓ ਅਸੀਂ ਪੰਜਾਬ ਦੇ ਸ਼ਮਸ਼ਾਨ ਘਾਟ ਇੰਨੇ ਸ਼ਾਨਦਾਰ ਬਣਾ ਦਾਂਗੇ ਕਿ ਤੁਹਾਡਾ ਆਪ ਹੀ ਮਰਨ ਨੂੰ ਜੀ ਕਰਿਓ ਅਸੀਂ ਕਹਿੰਦੇ ਹਾਂ ਕਿ ਸਾਨੂੰ ਮੂਹਰੇ ਲਾਓ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਅਤੇ ਕਾਲਜ ਇੰਨੇ ਵਧੀਆ ਬਣਾ ਦਾਂਗੇ ਕਿ ਤੁਹਾਡਾ ਆਪ ਵੀ ਪੜ੍ਹਨ ਨੂੰ ਜੀ ਕਰਿਓ ਆਹ ਫਰਕ ਹੈ ਅਸੀਂ ਤੁਹਾਡੇ ਚੁੱਲ੍ਹਿਆਂ ਦੀ ਅੱਗ ਬਚਾਉਣ ਨੂੰ ਫਿਰਦੇ ਹਾਂ ਇਹ ਸ਼ਮਸ਼ਾਨ ਘਾਟ ਦੀਆਂ ਅੱਗਾਂ ਬਚਾਉਣ ਨੂੰ ਫਿਰਦੇ ਆ ਵੀਰੋ ਇਹ ਆਪਣਾ ਮੁਕਾਬਲਾ ਨਹੀਂ ਕਰ ਸਕਦੇ ਇਹ ਕਰਦੇ ਨੇ ਸ਼ਮਸ਼ਾਨ ਬਣਾਉਣ ਦੀਆਂ ਗੱਲਾਂ ਅਸੀਂ ਕਰਦੇ ਹਾਂ ਜਾਨ ਬਚਾਉਣ ਦੀਆਂ ਗੱਲਾਂ ਇਹ ਕਰਦੇ ਨੇ ਆਪਣੇ ਘਰ ਉਜਾੜਨ ਦੀਆਂ ਗੱਲਾਂ ਅਸੀਂ ਕਰਦੇ ਹਾਂ ਤੁਹਾਡੀ ਗੁੱਡੀ ਅੰਬਰੀ ਚੜ੍ਹਨ ਦੀਆਂ ਗੱਲਾਂ ਇਹ ਹੈਲੀਕਾਪਟਰਾਂ 'ਚ ਬਹਿ ਕੇ ਕਰਦੇ ਨੇ ਨੰਨੀ ਸ਼ਾਨ ਦੀਆਂ ਗੱਲਾਂ ਅਸੀਂ ਚੁੱਲ੍ਹਿਆਂ ਮੂਹਰੇ ਬਹਿ ਕੇ ਕਰਦੇ ਹਾਂ ਬੁੱਢੀ ਮਾਂ ਦੀਆਂ ਗੱਲਾਂ ਇਹ ਨੌਜਵਾਨਾਂ ਨਾਲ ਕਰਦੇ ਨੇ ਚਿੱਟੇ ਦੀਆਂ ਗੱਲਾਂ ਅਸੀਂ ਕਰਦੇ ਹਾਂ ਰੰਗਲੇ ਪੰਜਾਬ ਦੇ ਰੰਗ ਫਿੱਟੇ ਦੀਆਂ ਗੱਲਾਂ ਇਹਨਾਂ ਨੂੰ ਪੁੱਛੋ ਬਾਬੇ ਨਾਨਕ ਦੀ ਬਾਣੀ ਸਾਰੀ ਦੀਆਂ ਗੱਲਾਂ ਬਾਈਬਲ ਕਲਾਂ ਦੀਆਂ ਗੱਲਾਂ ਬਰਗਾੜੀ ਦੀਆਂ ਗੱਲਾਂ ਇਹਨਾਂ ਕੋਲ ਨੇ ਝੂਠੀ ਸੌਂਹ ਗੁਟਕਾ ਸਾਹਿਬ ਦੀਆਂ ਗੱਲਾਂ ਸਾਡੇ ਕੋਲ ਨੇ ਇੱਕ ਰੁਪਈਏ ਦੇ ਹਿਸਾਬ ਦੀਆਂ ਗੱਲਾਂ ਇਹਨਾਂ ਕੋਲ ਨੇ ਕੀਰਨਿਆਂ ਤੇ ਪੈਣਾਂ ਦੀਆਂ ਗੱਲਾਂ ਸਾਡੇ ਕੋਲ ਨੇ ਸਾਡੀਆਂ ਮਾਵਾਂ ਤੇ ਸਾਡੀਆਂ ਭੈਣਾਂ ਦੀਆਂ ਗੱਲਾਂ ਇਹਨਾਂ ਕੋਲ ਪੰਜਾਬ ਦੇ ਲੁੱਟੇ ਹੋਏ ਮਾਲ ਦਾ ਕੋਈ ਹਿਸਾਬ ਹੈ ਨਹੀਂ ਉਹ ਲੋਕੋ ਇਹਨਾਂ ਦੇ ਏਜੰਡੇ ਤੇ ਆਪਣਾ ਰੰਗਲਾ ਪੰਜਾਬ ਹੈ ਨਹੀਂ ਮੈਂ ਇੱਕ ਥਾਪੜ ਕੇ ਕਹਿਣਾ ਬਾਦਲਾਂ ਦੇ ਕੈਪਟਨਾਂ ਨੂੰ ਇਹਨਾਂ ਕੋਲੇ ਭਗਵੰਤ ਮਾਨ ਦੀ ਕਿਸੇ ਗੱਲ ਦਾ ਕੋਈ ਜਵਾਬ ਹੈ ਆਪਾਂ 1840 ਰੁਪਈਏ ਕਣਕ ਵੇਚੀ ਹੈ ਕੇਜਰੀਵਾਲ ਨੇ 2616 ਰੁਪਈਏ ਪਾ ਦਿੱਤਾ 800 ਦੇ ਵੱਲੋਂ ਬੋਨਸ ਦਿੱਤਾ ਪਰ ਜਿਹੜੀ ਕਣਕ ਗਰੀਬਾਂ ਨੂੰ ਮਿਲਦੀ ਆ ਉਹ ਉਸੇ ਭਾਅ ਦੀ ਹੈ ਉਹ ਕਹਿੰਦਾ ਸਰਕਾਰ ਦਾ ਤਾਂ ਭਾਅ 1840 ਹੈ ਨਾ ਮੈਂ ਬੋਨਸ ਦਿੱਤਾ ਗਰੀਬਾਂ ਦਾ ਰੇਟ ਨਹੀਂ ਵਧਿਆ 1 ਰੁਪਿਆ ਜੁੰਡ ਬਿਜਲੀ ਦੇ ਜਾਂਦਾ ਲੈ ਕੱਲ ਉਹਦੇ ਵੀ ਥੱਪੜ ਮਾਰਦੇ ਫਿਰਦੇ ਸੀ ਹੱਦ ਆ ਯਾਰ ਕਿਸੇ ਮੁੱਖ ਮੰਤਰੀ ਤੇ ਇੱਕ ਸਾਲ 'ਚ 8-9 ਵਾਰੀ ਕਦੇ ਮਿਰਚਾਂ ਪਾ ਦਿੱਤੀਆਂ ਅੱਖਾਂ 'ਚ ਕਦੇ ਥੱਪੜ ਮਾਰਿਆ ਕਦੇ ਕਾਲਾ ਕਾਲੀ ਸਿਆਹੀ ਸਿੱਟਦੀ ਹਾਂਜੀ ਹਾਂ ਸਾਰਾ ਹਲਕਾ ਬੱਚਾ ਹੈ ਇਸ ਗੱਲ ਦਾ ਗੁੱਸਾ ਨਾ ਕਰੋ ਯਾਰ ਭਗਵੰਤ ਮਾਨ ਨਹੀਂ ਆਇਆ ਜਦੋਂ ਮੈਂ ਤੁਹਾਡੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਵਾ ਰਿਹਾ ਹੁੰਦਾ ਉਦੋਂ ਤੁਹਾਡਾ ਧੰਨਵਾਦ ਹੀ ਕਰ ਰਿਹਾ ਹੁੰਦਾ ਜਦੋਂ ਮੈਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਬੋਲ ਰਿਹਾ ਹੁੰਦਾ ਉਦੋਂ ਤੁਹਾਡਾ ਧੰਨਵਾਦ ਹੀ ਕਰ ਰਿਹਾ ਹੁੰਦਾ ਜਦੋਂ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਬਾਹਰਲੇ ਮੁਲਕਾਂ 'ਚੋਂ ਉਹਨਾਂ ਦੀ ਜਾਨ ਬਚਾ ਕੇ ਲਿਆ ਰਿਹਾ ਹੁੰਦਾ ਉਦੋਂ ਮੈਂ ਤੁਹਾਡਾ ਧੰਨਵਾਦ ਹੀ ਕਰ ਰਿਹਾ ਹੁੰਦਾ ਕਿ ਧੰਨਵਾਦ ਵੀਰ ਵਾਲਿਓ ਸਤੌਜ ਵਾਲਿਓ ਸੰਗਰੂਰ ਵਾਲਿਓ ਬਰਨਾਲੇ ਵਾਲਿਓ ਤੁਸੀਂ ਮੈਨੂੰ ਕਿਹੋ ਜਿਹਾ ਪੈੱਨ ਦੇ ਤਾ ਜਿਹੜਾ ਪੈੱਨ ਚਲਾਉਣ ਨਾਲ ਕਿਸੇ ਦੀ ਜਾਨ ਬਚਦੀ ਹੈ ਦੁਆਵਾਂ ਤੁਹਾਨੂੰ ਮਿਲਦੀਆਂ ਹਾਂ ਮੈਨੂੰ ਪਤਾ ਤੁਸੀਂ ਉਦਾਸ ਹੋ ਪੰਜਾਬ ਉਦਾਸ ਹੈ ਇੰਨਾ ਉਦਾਸ ਪੰਜਾਬ ਕਦੇ ਨਹੀਂ ਦੇਖਿਆ ਗਿਆ ਪਰ ਹੌਸਲਾ ਨਾ ਛੱਡਿਓ ਉਮੀਦ ਨਾ ਛੱਡਿਓ ਮੇਰੇ 'ਤੇ ਯਕੀਨ ਕਰੋ ਮੈਂ ਇਹੋ ਜਿਹੀ ਤਮੰਨਾ ਲਈ ਫਿਰਦਾ ਕਿ ਤੁਹਾਨੂੰ ਹੱਸਣ ਵਾਸਤੇ ਭਗਵੰਤ ਮਾਨ ਦੀ ਲੋੜ ਨਾ ਪਵੇ ਤੁਸੀਂ ਆਪਣੇ ਹਾਲਾਤਾਂ 'ਤੇ ਖੁਸ਼ ਹੋਵੋ ਤੁਹਾਨੂੰ ਫਸਲਾਂ ਦੇ ਭਾਅ ਮਿਲ ਜਾਣ ਤੁਹਾਡੇ ਜਵਾਕਾਂ ਨੂੰ ਰੁਜ਼ਗਾਰ ਮਿਲ ਜੇ ਤੁਹਾਡੇ ਵਧੀਆ ਸਕੂਲ ਮਿਲ ਜਾਣ ਤੁਹਾਡੇ ਜਿਹੜੇ ਜ਼ਮੀਨਦਾਰੀ ਆ ਉਹ ਨੀਂਹ 'ਤੇ ਆ ਜੇ ਬਜ਼ੁਰਗਾਂ ਦਾ ਇਲਾਜ ਹੋ ਜੇ ਮੈਂ ਇਹ ਤਮੰਨਾ ਲਈ ਫਿਰਦਾ ਪਰਮਾਤਮਾ ਤੰਦਰੁਸਤੀ ਬਖਸ਼ੇ ਇੰਨਾ ਨਿੰਮਾ ਬੋੜਾਂ ਪਿੱਪਣਾਂ ਥੱਲੇ ਬੜੀ ਚੱਲਦੀ ਮੈਂ ਤੁਹਾਨੂੰ ਕਿੱਥੇ ਭੰਗੜੇ ਪੈਂਦੇ ਦਿਖਾਊਂਗਾ ਮੇਰੇ 'ਤੇ ਯਕੀਨ ਰੱਖਿਓ ਬਸ ਇਹਨਾਂ ਤੋਂ ਉਮੀਦ ਨਾ ਕਰਿਓ ਆਪਾਂ ਨੂੰ ਉੱਠਣਾ ਪਊਗਾ ਆਪਾਂ ਹੀ ਚੱਲਾਂਗੇ ਹੁਣ ਦੇਖ ਲਓ ਇੱਕ ਨਜ਼ਾਰਾ ਹੋਰ ਵੀ ਲਿਆ ਕਰੋ ਜਿਹੜੇ ਲੀਡਰ ਦੇ ਮਰਜ਼ੀ ਮੂੰਹ ਦੇ ਮੂਹਰੇ ਮੈਂ ਲਾ ਕੇ ਮੇਰਾ ਨਾਂ ਲੈ ਦੋ ਧਾਂ ਮਾਰਦੇ ਨਾ ਹੋਇਓ ਦਾ ਨਾਂ ਕਿ ਤੁਹਾਡੇ ਕਰਕੇ ਇਹ ਪੰਗਾ ਤੁਸੀਂ ਪਾਇਆ ਹੋਇਆ ਜਦੋਂ ਮੈਂ ਨਵਾਂ ਨਵਾਂ ਜਿੱਤ ਕੇ ਗਿਆ ਮਹੀਨੇ 'ਚ ਮਸ਼ਹੂਰ ਹੋ ਗਿਆ ਪਾਰਲੀਮੈਂਟ 'ਚ ਮੈਂ ਵੀ ਬੜਾ ਲੜਾਕਾ ਯਾਰ ਇਹ ਓਏ ਇਹ ਪੈਂਦਾ ਵਾ ਮੋਦੀ ਨੂੰ ਹੈ ਨਾ ਅਤੇ ਇੱਕ ਵਾਰੀ ਮੈਂ ਖੜਾ ਆਂਧਰਾ ਪ੍ਰਦੇਸ਼ ਦਾ ਕੈਂਪ ਵੀ ਮੇਰੇ ਕੋਲ ਚੰਦੂ ਮਾਜਰਾ ਵੀ ਖੜਾ ਬ੍ਰਹਮਪੁਰਾ ਵੀ ਆਂਧਰਾ ਪ੍ਰਦੇਸ਼ ਦਾ ਕੈਂਪ ਵੀ ਆਇਆ ਵੈਰੀ ਗੁੱਡ ਵੈਰੀ ਗੁੱਡ ਤੋ ਤੁਸੀਂ ਤੁਸੀਂ ਇਹ ਆਸ਼ੀਰਵਾਦ ਦਿੱਤਾ ਫਿਰ ਜਦੋਂ ਮੈਂ ਨਵਾਂ ਨਵਾਂ ਗਿਆ ਇੱਕ ਆਂਧਰਾ ਦਾ ਐਮਪੀ ਆ ਕੇ ਮੈਨੂੰ ਕਹਿੰਦਾ ਆਪ ਕੌਣ ਸੇ ਇਲਾਕੇ ਸੇ ਚੁਣ ਕਰ ਆਏ ਹੈ ਆਪਕੀ ਸੀਟ ਕਾ ਨਾਮ ਕਿਆ ਹੈ ਇਹ ਤੋਂ ਪਹਿਲਾਂ ਕਿ ਮੈਂ ਦੱਸਦਾ
ਸਿੱਧੂ ਮਾਜਰਾ ਪਹਿਲਾਂ ਹੀ ਬੋਲ ਪਿਆ। ਉਹ ਕਹਿੰਦਾ ਐਮਪੀ ਸਾਹਿਬ ਇਹ ਸਾਡੀ ਹਿੱਕ ਚ ਟੋਪੀ ਵਾਲਾ ਕਿੱਲ ਸੰਗਰੂਰ ਵਾਲਿਆਂ ਨੇ ਕੱਢਿਆ, ਇਹ ਨੀ ਕਹਿੰਦਾ ਕਿਸੇ ਪਲਾਸ ਨਾਲ ਪੱਟਿਆ ਜਾਣਾ। ਹੁਣ ਮੈਂ ਕਿਹਾ ਫਿਰ ਅਗਲੀ ਵਾਰ ਮੈਂ ਹੁਣ ਇਸ ਕਿੱਲ ਦੇ ਉੱਤੇ ਝੱਟ ਕਰਾ ਕੇ ਲਿਆਉਂ ਚਾਰ ਸੌਰੇ ਵਰਗਾ ਕੇ, ਤੁਹਾਨੂੰ ਖਿਆਉਣਾ ਹੀ ਨੀ ਵੀ ਕਿੱਥੇ ਕੱਢਿਆ ਪਿਆ ਹੁਣ ਇਹ। ਸੁਰਵੀਰ ਤੁਹਾਡੇ ਨਾਲ ਤੁਹਾਡੇ ਵਰਗੇ ਆਹ ਮਾਵਾਂ ਸਾਡੀਆਂ ਅੰਨੀਆਂ ਹੋ ਗਈਆਂ ਉਹ ਚੁੱਲ੍ਹਿਆਂ 'ਚ ਬੂਕਾ ਮਾਰ ਮਾਰ ਵੀ ਸ਼ਾਇਦ ਜੂਨ ਸੁਧਰ ਜੇ। ਉਹ ਬਾਪੂ ਸਾਡੇ ਕੁੱਬੇ ਹੋ ਗਏ ਉਹ ਕਰਜ਼ੇ ਦੇ ਭਾਰ ਨਾਲ ਵੀ ਸ਼ਾਇਦ ਜੂਨ ਸੁਧਰ ਜੇ ਨਾ। ਉੱਥੇ ਫਿਰਦਿਆਂ ਫਿਰਦਿਆਂ ਵਿਹਲੇ ਬੈਠਿਆਂ ਕੋਈ ਗੱਲ ਉਮੀਦ ਨਾ ਛੱਡਿਓ, ਮੈਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਚੱਲਾਂ, ਮੈਂ ਤੁਹਾਡੇ ਨਾਲ ਆਜੋ ਇਕੱਠੇ ਆ ਕੇ ਪੰਜਾਬ ਨੂੰ ਬਦਲੀਏ, ਬਦਲ ਜੂਗਾ। ਇਹੋ ਜਿਹੇ ਆਹ ਬੈਠਾ ਲੈ MLA ਤੁਹਾਡਾ ਉਹ ਵਲੰਟੀਅਰ ਕੁਰਸੀ 'ਤੇ ਬੈਠਾ, ਆਹ ਇੱਜ਼ਤ ਚਾਹੀਦੀ ਹੈ ਲੋਕਾਂ ਨੂੰ। ਹਾਂ ਆ ਆ ਬੈਠੇ ਨਹੀਂ ਆ ਗਿਆ ਮੈਂ ਇੱਥੋਂ ਉਤਰ ਕੇ ਨਹੀਂ ਜਾਊਂਗਾ। ਆਹ ਗੰਨ ਆਹ ਜਿਹੜੀ ਜਿਪਸੀ ਆ ਗੰਨਮੈਨਾਂ ਵਾਲੀ ਤੁਹਾਡੇ ਪਿੰਡ ਦਾ ਮੁੰਡਾ ਵੀ ਐਕਟਿਵ ਆ, ਅਤੇ ਇਹ ਮੈਨੂੰ ਜੋ ਦੇਣ ਲੱਗੇ ਮੈਂ ਕਿਹਾ ਜੀ ਮੈਨੂੰ ਤਾਂ ਚਾਹੀਦੀ ਨਹੀਂ, ADGP ਨੂੰ ਕਿਹਾ ਮੈਂ, ਕਹਿੰਦਾ ਨਹੀਂ ਸਾਨੂੰ ਦੇਣੀ ਪੈਣੀ ਹੈ ਜੀ। ਮੈਂ ਕਿਹਾ ਮੈਂ ਕਿਹਾ ਲਿਖ ਕੇ ਦਿੱਤਾ ਹੀ ਨਹੀਂ ਕਿਉਂ ਕਹਿੰਦੇ, ਕਹਿੰਦਾ ਨਹੀਂ ਜੀ ਮੈਨੂੰ ਲੈਣਾ ਪਊ। ਇਹ ਮੁੰਡੇ ਕਹਿੰਦੇ ਜੀ ਅਸੀਂ ਸਸਪੈਂਡ ਹੋ ਜਾਵਾਂਗੇ ਜੀ, ਲਈ ਰੱਖੋ ਨਾਲ। ਮੈਂ ਕਿਹਾ ਚੱਲ ਧੱਕਾ ਧੁੱਕ ਨਾ ਮਾਰਿਓ ਤੂੰ ਵੇਖ ਲਓ ਮੈਨੂੰ ਕਿਹੜਾ ਮੇਰਾ ਤੇਲ ਮੱਚਦਾ ਹੈ। ਕਿੱਥੇ ਨੇ ਹੁਣ ਕਿੱਥੇ ਨੇ ਇੱਧਰ ਆ ਵੀ ਲੈ ਇਹ ਕਿਹੋ ਜਿਹੀ ਗੱਲ ਮੈਨੂੰ ਜਿਹੜੇ ਮੈਨੂੰ ਭਾਣੇ ਪੈਂਦੇ ਨੇ। ਅਮਨ ਇਹ ਜਿਹੜੀ ਜਿਪਸੀ ਇਹਨਾਂ ਦੀ ਇਹ 80 ਤੋਂ ਤਾਂ ਨੀ ਜਾਂਦੀ ਸਰਕਾਰੀ ਜੋਬ, ਮੇਰੇ ਵਾਲੀ 120 ਤੋਂ ਥੱਲੇ ਨੀ ਆਉਂਦੀ। ਫਿਰ ਅਸੀਂ ਮੂਹਰੇ ਲੰਘ ਜਾਂਦੇ ਹਾਂ ਇਹ ਮਾਂਗਰ ਮਾਂਗਰ ਅੱਧੇ ਘੰਟੇ ਬਾਅਦ ਆਉਂਦੇ ਨੇ ਲੋਕਾਂ ਨੂੰ ਪੁੱਛ ਪੁੱਛੋ ਭਾਈ ਇੱਧਰ ਭਾਂਤ ਮਾਂਤ ਹੀ ਲੱਗਿਆ, ਮੇਰੇ ਤਾਂ ਹੋਰ ਪ੍ਰੋਗਰਾਮ ਸੀ ਐਤਕੀ। ਕਿੰਨੇ ਕਿੰਨੇ ਜਾਣੇ ਹੋ ਤੁਸੀਂ? 12 ਜਾਣੇ ਨੇ। ਮੈਂ ਕਿਹਾ ਯਾਰ SSP ਨੂੰ ਕਹਿ ਕੇ ਇਹਨਾਂ ਦੀਆਂ AK-47 ਜਮ੍ਹਾਂ ਕਰਾ ਕੇ ਇਹਨਾਂ ਨੂੰ ਤੰਗਲੀਆਂ ਬਣਾ ਕੇ ਲੋਕਾਂ ਦੀ ਤੂੜੀ ਬਣਾਉਣ ਭੇਜੀ ਇਹਨਾਂ ਨੂੰ, ਨਾਲੇ ਖਬਰ ਆਊ ਭਗਵੰਤ ਮਾਨ ਨੇ ਆਪਣੇ ਗੰਨਮੈਨ ਲੋਕਾਂ ਦੀ ਤੂੜੀ ਬਣਾਉਣ ਲਈ ਭੇਜੇ। ਇੱਕ ਕੰਮ ਮੈਂ ਹੋਰ ਕਰਦਾ ਉਹਨਾਂ, ਜੋ ਟੋਲ ਟੈਕਸ ਆਉਂਦਾ ਕੋਈ ਅਸੀਂ 1 ਕਿਲੋਮੀਟਰ ਪਹਿਲਾਂ ਖੜ ਜਾਂਦੇ ਹਾਂ, ਬਾਹਰ ਖੜ ਜਾਂਦਾ ਮੈਂ, ਮੈਨੂੰ ਪਛਾਣ ਕੇ ਖੜੀ ਜਾਂਦੇ ਰਹਿੰਦੇ ਨੇ ਲੋਕ, ਅਸੀਂ ਖੜ ਜਾਓ ਲਾਓ ਲੈਨ ਚਲਾ ਲਓ ਲੈਨ ਚਲਾ ਲਓ। MP ਨੂੰ ਸਾਰੇ ਇੰਡੀਆ 'ਚ ਫਰੀ ਹੈ ਟੋਲ, ਠੀਕ ਹੈ ਨਾ, ਜਿੰਨੀਆਂ ਕੁ ਮਰਜ਼ੀ ਗੱਡੀਆਂ ਨਾਲ ਹੋਣ ਆਉਂਦੇ। ਫਿਰ ਉਹ ਜਿਪਸੀ ਦੇ ਇਹਨਾਂ ਦੇ ਜਿਪਸੀ ਦੇ ਮਗਰ ਲੋਕਾਂ ਵਾਲੀਆਂ ਲਵਾ ਲੈਂਦੇ 8-10, ਸਭ ਤੋਂ ਮਗਰ ਲਈ ਮੇਰੀ ਹੁੰਦੀ ਹੈ। ਇਹ ਕਹਿੰਦੇ ਨੇ ਸਾਹਿਬ ਨਾਲ 8-10 ਗੱਡੀਆਂ ਨੇ, ਚਲੋ ਲੋਕੋ ਲੰਘੋ ਫਰੀ ਚੋਈ ਨਹੀਂ ਲਗਾਉਣੇ ਨਾ, ਰੋਜ਼ 8-10 ਲਗਾਉਣੇ ਅਸੀਂ, ਨਾਲੇ ਆਉਂਦੇ ਹੋਏ ਲਗਾਉਣੇ। ਹਾਂਜੀ ਮੈਂ ਕਹਿੰਦਾ ਲੀਟਰ ਕਿਉਂ ਫਰੀ ਨੇ ਯਾਰ, ਲੀਟਰ ਤਾਂ ਤੁਸੀਂ ਫਰੀ ਦਿੰਦੇ ਹੋ ਸਾਰੀਆਂ। ਮੈਂ ਕਹਿੰਦਾ ਜਨਤਾ ਫਰੀ ਹੋਣੀ ਚਾਹੀਦੀ ਹੈ, ਲੀਡਰਾਂ ਤੋਂ ਪੈਸੇ ਲੈਣੇ ਚਾਹੀਦੇ ਟੋਲ ਟੈਕਸ, ਜਨਤਾ ਤੋਂ ਪੈਸੇ ਲਈ ਜਾਂਦੇ ਨਾਲੇ ਨਾਲੇ ਗੱਡੀ ਖਰੀਦਣ ਵੇਲੇ ਲੈ ਲੈਂਦੇ ਆ, ਠੀਕ ਹੈ ਨਾ। ਤੁਹਾਡੇ ਨਾਲ ਆ ਬਾਈ, ਤੁਹਾਡੇ ਵਰਗੇ ਹਾਂ, ਅਸੀਂ ਰਹਾਂਗੇ, ਅਸੀਂ ਤੁਹਾਡੇ ਵਿੱਚ ਮਿਤਰਾਂਗੇ, ਕੰਮ ਕਰਾਂਗੇ, ਤੁਹਾਡਾ ਆਸ਼ੀਰਵਾਦ ਲਵਾਂਗੇ। ਮੈਂ ਤਾਂ ਮੇਰੀ ਬੇਬੇ ਹੈ ਇੱਥੇ ਰਹਿੰਦੀ ਹੈ, ਤੁਸੀਂ ਜਾਣਦੇ ਹੋਵੋਗੇ, ਬੱਸ 'ਤੇ ਜਾਂਦੀ ਹੈ, ਮੈਂ ਕਦੇ ਸਰਕਾਰੀ ਗੱਡੀ ਨਹੀਂ ਭੇਜੀ ਉਹਨੂੰ। ਮੈਂ ਕਿਹਾ ਬੇਬੇ MP ਬੱਸ 'ਤੇ ਹੁੰਦੀ ਹੈ ਅਤੇ ਪ੍ਰਾਈਵੇਟ ਨਹੀਂ ਆਪਾਂ ਕਰਨੀ, ਉਹਦਾ ਕਹਿੰਦੀ ਮੈਂ ਤਾਂ ਬੱਸ 'ਤੇ ਜਾ ਕੇ ਰਾਜੀ, ਨਾਲੇ ਮੈਂ ਤੁਸੀਂ ਸੁਣ ਲੈਂਦੀ ਹਾਂ ਵੀ ਮੇਰੇ ਮੁੰਡੇ ਬਾਰੇ ਕੀ ਕਹਿੰਦੇ ਨੇ ਲੋਕ, ਉਹ ਕਹਿੰਦੀ ਕੋਈ ਗੁੱਥੇ ਕਿਹੜਾ ਕਿਸੇ ਨੂੰ ਪਤਾ ਲੱਗਦਾ, ਭਾਂਤ ਮੰਮੀ ਬੈਠੀ ਹੈ, ਠੀਕ ਹੈ ਨਾ। ਮੇਰੀ ਮਾਂ 5 ਸਾਲ ਹੋ ਕੇ ਬੱਸ 'ਤੇ ਜਾਂਦੀ ਹੈ, ਇਹ ਤਾਂ ਰਿਸ਼ਤਾ ਇਸ ਦਾ ਨੇੜੇ ਕੋਈ ਹੁੰਦਾ ਨਹੀਂ। ਬਾਦਲਾਂ ਦੀਆਂ ਪੋਚੇ ਲਾਉਣ ਵਾਲੀਆਂ ਵੀ ਲਾਲ ਬੱਤੀ 'ਚ ਹੁੰਦੀਆਂ ਨੇ, ਆਹ ਫਰਕ ਹੈ, ਆਹ ਫਰਕ। ਅਜੇ ਤਾਂ ਸਿਰ 'ਚੋਂ ਪੌਣੀ ਵੀ ਨਹੀਂ ਕੱਟੀ, ਅਜੇ ਤਾਂ ਚਰਖਾ ਡਾਹਿਆ, ਅਜੇ ਤਾਂ ਗਲੋਟੇ ਲੈਣ ਕੇ ਦੇਖਦੇ ਜਾਓ, ਚਰਮਖਾ ਚੁਰਮਖਾ ਸੈੱਟ ਕਰ ਲਓ, ਕਿਹਾ ਮਾਲ ਕਸ ਲਓ, ਟੱਕਲਾ ਨਾ ਹੋ ਜਾਏ ਕਿਤੇ। ਹਾਂ ਤੁਸੀਂ ਥੱਲੇ ਵਾਲਾ ਪਾਸਾ ਸਾਂਭ ਲਿਓ। ਹਾਂ ਅਸੀਂ ਹੈਗੇ ਮੈਂ ਤੇ ਅਮਨ, ਅਸੀਂ ਬਾਣੀ ਪਾ ਰੱਖੇ ਨੇ, ਇਹ ਕੱਲਿਆਂ ਨੂੰ ਸਾਰਿਆਂ ਦੀ ਕਬੱਡੀ ਪਾ ਰੱਖੀ ਜੀ। ਆ ਜਾਓ ਆ ਜਾਓ, ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ ਇਨਕਲਾਬ ਸੋਨਿਆ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ।